ਵਾਹ ਭਗਵੰਤ ਮਾਨਾ ਮੈਂ ਤੇਰੇ ਸਦਕੇ ਜਾਵਾਂ ਮੈਂ ਪਹਿਲਾਂ ਵੀ ਕਹਿਣਾ ਉਹਨਾ ਤੇਰੇ ਰੰਗ ਤੇ ਪੰਜਾਬ ਹੁਣ ਰੋਟੀ ਤੋਂ ਤੰਗ ਭਗਵੰਤ ਮਾਨ ਤੇਰੇ ਰੰਗ ਤੇ ਗਰੀਬ ਲੋਕ ਰੇਤੇ ਤੋਂ ਤੰਗ ਭਗਵੰਤ ਮਾਨ ਤੇਰੇ ਰੰਗ ਖਜ਼ਾਨਾ ਖਾਲੀ ਹੋਣ ਤੇ ਤੰਗ ਭਗਵੰਤ ਮਾਨ ਤੇਰੇ ਰੰਗ ਤੂੰ ਗੁਜਰਾਤ ਦੇ ਵਿੱਚ ਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਵੇਖਣ ਨੂੰ ਤੰਗ ਮੈਂ ਭਗਵੰਤ ਮਾਨ ਦੀ ਹੁਣੇ ਵੀਡੀਓ ਵੇਖ ਕੇ ਠਿਆਂ ਤੇ ਉਹ মিডিਆ ਵਾਲੇ ਦੱਸ ਰਹੇ ਸੀ ਜਿਹੜੇ ਆਪਣੇ ਆਪਣੇ ਸ਼ਹੀਦ ਕਰਤਾਰ ਸਿੰਘ ਜੀ ਦੇ ਪਿੰਡ ਗਏ ਸੀਗੇ ਤਾਂ ਉੱਥੇ মিডিਆ ਨੇ ਸਵਾਲ ਪੁੱਛੇ ਇਹਨਾਂ ਦੇ ਕੋਲੋਂ ਕਹਿੰਦਾ ਤੁਸੀਂ ਵਿਕਰਮਜੀਤ ਮਜੀਠੀਆ ਦਾ ਨਾਂ ਨਾਲੋ ਗੱਲ ਹੋਰ ਕਰੋ ਜਿਹੜੀ ਅਸਲੇ ਦੀ ਗੱਲ ਆਉਂਦੀ ਆ ਅਸੀਂ 3 ਮਹੀਨੇ ਦੇ ਵਿੱਚ ਵਿੱਚ ਵੇਖ ਲੈਣਾ ਕਿ ਜੀਤੇ ਕੋਈ ਕ੍ਰਾਈਮ ਕੇਸ ਹੋਵੇ ਅਸੀਂ ਉਹਦਾ ਲਾਇਸੈਂਸ ਰੱਦ ਕਰ ਦੇਣਾ ਤਮਾ ਇਹ ਕਹੂੰਗਾ ਤੁਹਾਡੀ ਜਿਹੜੇ ਕਾਨੂੰਨ ਬਣਾਏ ਹੋਏ ਆ ਤੇ ਤੁਸੀਂ ਉਹਦੇ ਵਿੱਚ ਕੀ ਕਿਹਾ ਕਿ ਜਿਹਨੂੰ ਮਤਲਬ ਜ਼ਰੂਰੀ ਬਾੜਾ ਹੋਵੇ ਉਹ ਲਾਇਸੈਂਸ ਮੈਨੂੰ ਪਤਾ ਹੈ ਮਤਲਬ ਕੋਈ ਗੱਲ ਹੈ ਕ੍ਰਿਮੀਨਲ ਕਾਈਂਡ ਦੀ ਮਤਲਬ ਜਿਹੜੀ ਤੁਸੀਂ ਕਹਿੰਦੇ ਕ੍ਰਿਮੀਨਲ ਕੇਸ ਜਿਹੜਾ ਕਹਿ ਰਹੇ ਹਾਂ ਤਾਂ ਜਿਹੜਾ ਪਹਿਲਾ ਲਾਇਸੈਂਸ ਬਣਿਆ ਫਿਰ ਨਾਲ-ਨਾਲ ਉਹ ਆਈਪੀਐਸ ਜਿਨ੍ਹਾਂ ਨੇ ਸਾਈਨ ਕੀਤੇ ਹੋਏ ਹੋਣਗੇ ਚਾਹੇ ਉਹ ਡੀਸੀ ਨੇ ਮਾਰਕ ਕੀਤਾ ਹੋਇਆ ਹੋਊਗਾ ਚਾਹੇ ਉਹ ਐਸਐਸਪੀ ਨੇ ਮਾਰਕ ਕੀਤਾ ਹੋਇਆ ਹੋਊਗਾ ਐਸਐਚਓ ਨੇ ਮਾਰਕ ਕੀਤਾ ਅਸਲਾ ਬ੍ਰਾਂਚ ਦੇ ਵਿੱਚੋਂ ਲਾਇਸੈਂਸ ਗਿਆ ਏਡੀਸੀ ਕੋਲ ਪਹੁੰਚ ਜਾਂਦਾ ਉਹ ਵੀ ਪਹੁੰਚ ਦੱਸੋ ਫਿਰ ਉਹਨਾਂ ਨੂੰ ਤੁਸੀਂ ਡਿਸਮਿਸ ਕਰੋਗੇ ਤੁਸੀਂ ਕਹਿੰਨੇ ਆ ਜਿਹੜੀਆਂ ਦੂਜੀਆਂ ਸਰਕਾਰਾਂ ਦੇ ਵਿੱਚ ਵੇਖਾਂਗੇ ਅਸੀਂ ਕਿਹਦੇ ਕਹਿਨ ਤੇ ਬਣਿਆ ਹੋਇਆ ਮੈਂ ਭਗਵਾਨਤਮਾਨ ਇੱਕ ਗੱਲ ਕਵਾਂ ਤੁਸੀਂ ਇੱਕ ਗੱਲ ਵਿੱਚ ਹੋਰ ਕਹੀ ਆ ਕਿ ਅਸੀਂ ਪੜਕਾਊ ਗਾਣੇ ਖਤਮ ਕਰਨੇ ਆ ਵਧੀਆ ਗੱਲ ਆ ਫਿਰ ਤੁਸੀਂ ਇਹ ਕਿਹਾ ਵੀ ਸਾਡੇ ਕੋਲ ਹੀਰਾਨ ਦੇ ਜਾਂ ਗੌਣ ਵਾਸਤੇ ਸੱਸੀ ਪੁੰਨੂ ਆ ਗੌਣ ਵਾਸਤੇ ਤੇ ਮੈਂ ਗੱਲ ਪੁੱਛਾਂ ਕੀ ਆਸ਼ਕੀ ਪ੍ਰਮੋਟ ਕਰਦੇ ਆ ਬਸ ਚੰਗੀ ਲੱਗਦੇ ਆ ਮੈਂ ਜਿਹੜੇ ਲੋਕ ਇਹ ਕਹਿਣਗੇ ਕਿ ਹੀਰਾਂਜਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਵੀ ਸਾਡਾ ਇਹ ਕਲਚਰ ਆ ਤਾਂ ਫਿਰ ਉਹ ਆਪਦੀ ਕੁੜੀ ਦਾ ਨਾਂ ਹੀਰਾਂਜਾ ਸੱਸੀ ਪੁੰਨੂ ਕਿਉਂ ਨਹੀਂ ਰੱਖਦਾ ਭਾਈ ਦੱਸੋ ਮੈਨੂੰ ਜਵਾਬ ਦਿਓ ਮੈਂ 2018 ਦੇ ਵਿੱਚ ਇੱਕ ਗਾਣਾ ਲਿਖਿਆ ਸੀ ਕਹਿੰਦਾ ਸਾਥ ਵਿਚਾਲੇ ਖੜਕੇ ਗਾਉਣਾ ਗਾਉਣਾ ਫਿਰਦਾ ਕੀ ਰੋਣ ਨੂੰ ਮੇਰਾ ਜੀ ਕਰਦਾ ਇੱਥੇ ਨਾ ਲੱਗੇ ਜੀ ਕਿਸੇ ਦੀ ਨਕਲੀ ਕਿਸੇ ਦੀ ਉਦਲੀ ਇਹੋ ਦੱਸਦੇ ਜੀ ਸੱਤ ਵਿਚਾਰੇ ਖੜਕੇ ਗਉਣਾ ਗਉਣਾ ਫਿਰਦਾ ਕੀ ਐਂਡਾ ਦਾ ਟੱਪਾ ਮੈਂ ਇਹ ਲਿਖਿਆ ਸੀ ਕਿ ਕਹਿੰਦਾ ਗੀਤ ਹਿੱਟ ਕਰਾਉਣ ਲਈ ਕਲਾਕਾਰਾਂ ਤੂੰ ਸੋਹਣੀ ਨਾ ਤੂੰ ਰੱਖੇ ਮੈਂ ਫਿਰ ਤੋਂ ਕਹਿੰਨਾ ਮੈਂ ਇਹ ਗੱਲ ਕਲਾਕਾਰਾਂ ਨੂੰ ਕਹੀ ਸੀ ਗੀਤ ਹਿੱਟ ਕਰਾਉਣ ਲਈ ਯਾਰਾ ਸੋਹਣੀ ਨਾ ਤੂੰ ਰੱਖੇ ਬਾਰੇ ਤੈਨੂੰ ਚਾ ਚੜਿਆ ਕਿਉ ਕੁੜੀ ਦਾ ਨਾਂ ਨਾ ਰੱਖੇ ਮੈਨੂੰ ਇਹ ਗੱਲ ਦੱਸੋ ਫਿਰ ਤੋਂ ਮੈਂ ਕਹਿੰਨਾ ਬਾਰੇ ਤੈਨੂੰ ਚਾਚੜਿਆ ਕਿ ਕੁੜੀ ਦਾ ਨਾਮ ਨਾ ਰੱਖੇ ਐਵੇਂ ਹੀਰ ਬਦਨਾਮ ਕਰਦੇ ਉਹ ਵੀ ਕਿਸੇ ਦੀ ਧੀ ਸੱਤ ਵਿਚਾਰੇ ਖੜਕੇ ਗਉਣਾ ਗਉਣਾ ਫਿਰਦਾ ਕੀ ਇਹ ਕਲਾਕਾਰਾਂ ਨੂੰ ਤੁਸੀਂ ਕਹਿ ਰਹੇ ਆਂ ਵੀ ਹੀਰਾਂ ਜਾਂ ਗਾ ਲੈਣ ਸੋਇਨੀ ਮਈਵਾਲ ਗਾ ਲੈਣ ਤਾਂ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੂੰਗਾ ਕੱਲੇ ਅਸਲੇ ਨਾਲ ਮੋਤਾ ਨਹੀਂ ਹੁੰਦੀਆਂ ਮੈਂ ਹੁਣ ਫਿਰ ਤੋਂ ਅਸਲੇ ਦੀ ਗੱਲ ਵੀ ਕਰੂੰਗਾ ਪਹਿਲਾਂ ਮੈਂ ਅਸਲੇ ਦੀ ਗੱਲ ਕਲੀਅਰ ਕਰਦਾ ਬਾਅਦ ਵਿੱਚ ਇਹ ਗੱਲ ਤੇ ਆਉਣਾ ਮੈਂ ਸਾਡੇ ਜਿਹੜੇ ਭਗਵੰਤ ਮਾਨ ਜੀ ਉਹ ਕਹਿੰਦੇ ਵੀ ਅਸਲੇ 3 ਮਹੀਨਿਆਂ ਦੇ ਵਿੱਚ ਵਿੱਚ ਰੱਦ ਕਰੋ ਰੱਦ ਪਤਾ ਕਿੰਨਾ ਦੇ ਹੋਣਿਆ ਗਰੀਬ ਲੋਕਾਂ ਨੇ ਬਣਾਏ ਹੋਏ ਆ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਕੋਈ 315 ਨਹੀਂ ਲਈਗੀ ਉਹਨਾਂ ਨੇ ਕੋਈ ਪਿਸਟਲ ਨਹੀਂ ਲਿਆ ਉਹਨਾਂ ਨੇ ਕੋਈ ਰਿਵਲਵਰ ਨਹੀਂ ਲਿਆ ਉਹਨਾਂ ਨੇ ਜਿਹੜੀ 12 ਬੋਰ ਵਜਦੀ ਦੋ ਨਾਲੀਆਂ ਵਾਲੀ ਉਹ ਬੰਦੂਖਾਂ ਲੈ ਕੇ ਸਿਕਿਉਰਿਟੀ ਗਾਰਡ ਲੱਗੇ ਆ ਪ੍ਰਾਈਵੇਟ ਥਾਵਾਂ ਤੇ ਕਿਉਂ ਉਹ ਦਰ ਰੋਜ਼ਗਾਰ ਤੜਾਈ ਬੈਠੇ ਆ ਉਹਨਾਂ ਦੀ 12 ਤੋਂ 15000 ਦੇ ਵਿੱਚ ਵਿੱਚ ਤਨਖਾਹ ਹੈਗੀ ਆ ਜਿਹਦੇ ਨਾਲ ਹੁਣ ਘਾਟਾ ਪੈ ਜਾਣ ਉਹਨਾਂ ਵਿਅਕਤੀਆਂ ਨੂੰ ਤੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜਾ ਲਾਇਸੈਂਸੀ ਵਾਲਾ ਬੰਦਾ ਉਹਦਾ ਭਾਈ ਸਾਹਿਬ ਕਿਤੇ ਛੇਤੀ ਕਿਤੇ ਕੱਢਦਾ ਹੀ ਨਹੀਂਗਾ ਕਿਤੇ ਹਾਏ ਤੁਹਾ ਜਿਹੜਾ ਤੁਸੀਂ ਰੂਲ ਬਣਾਇਆ ਵਿਆਹ ਛਾੜੀਆਂ ਦੇ ਵਿੱਚ ਪਿਸਤੌਲ ਗੋਲੀ ਨਹੀਂ ਚਲਾਉਣੀ ਉਹ ਤੁਸੀਂ ਰੂਲ ਸਹੀ ਬਣਾਤਾ ਪਰ ਜਿਹੜੇ ਰੱਦ ਹੋਣਗੇ ਉਹ ਰੱਦ ਸਾਰਿਆਂ ਦੇ ਨਹੀਂ ਹੋਣਗੇ ਵਿੱਚੋਂ ਹੁਣ ਜਿਹੜੇ ਗਰੀਬ ਬੰਦੇ ਨੇ ਬਣਾਇਆ ਉਹਨੂੰ ਭਾਈ ਸਾਹਿਬ ਇੱਕ ਜੁਰਮਾਨਾ ਜ਼ਰੂਰ ਪੈਣਾ 10-12000 ਦਾ ਜਿਹੜਾ ਚੈੱਕ ਕਰਨ ਜਾਊਗਾ ਉਹ 10-12000 ਜੁਰਮਾਨਾ ਲੈ ਕੇ ਆਪਦਾ ਘਰੇ ਵੇਜੂਗਾ ਤੁਹਾਨੂੰ ਰਿਪੋਰਟ ਉਹਨੇ ਚੰਗੀ ਦੇ ਦੇਣੀ ਹੈ ਜਿਹੜਾ ਕੋਈ 12 ਬੋਰ ਲਈ ਬੈਠਾ ਉਹ ਕੋਈ ਜਾ ਕੇ ਉਥੇ ਬੈਂਕ ਦੇ ਕਰਦਾ ਨੌਕਰੀ ਤੁਸੀਂ ਉਹਦਾ ਲਾਇਸੈਂਸ ਕੱਟ ਕੇ ਪਰੇ ਮਾਰੋ ਭਗਵੰਤਮਾਨ ਟੈਂਕੀਆਂ ਤੇ ਤਾਂ ਜਵਾਕ ਅੱਗੇ ਚੜੇ ਫਿਰਦੇ ਆ ਤੁਹਾਡਾ ਮੀਤ ਹੈ ਰੱਗੇ ਲੋਕ ਕਟਵਾਉਂਦਾ ਫਿਰਦਾ ਕਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਆ ਤੁਸੀਂ ਕਿੰਨਾ ਕੁ ਕਹਿ ਦੋਗੇ ਕਿੰਨਾ ਕਿਸੇ ਨੂੰ ਰੋਜ਼ਗਾਰ ਦੇ ਦੋਗੇ ਤੁਸੀਂ ਮੈਨੂੰ ਦੱਸ ਦੋ ਅੱਗੇ ਤਾਂ ਤੁਸੀਂ ਤਾਂ ਫਿਰਦੇ ਆ ਬਾਹਰ ਮੈਂ ਲੋਕਾਂ ਨੂੰ ਇਹ ਵੀ ਗੱਲ ਵਿੱਚੇ ਕਰਦਾ ਇਹ ਮੈਨੂੰ ਪੰਜਾਬ ਚ ਘੱਟ ਦੀਂਦਾ ਤੇ ਗੁਜਰਾਤ ਦੇ ਵਿੱਚ ਜਾ ਰਹੇ ਜਿੰਦੇ ਆ ਸਾਰੇ ਇਹਨਾਂ ਦੇ ਐਮਐਲਏ ਉਹ ਫਾਜ਼ਲ ਕਾਲਾ ਵੀ ਉਧਰ ਫਿਰਦਾ ਸੀਗਾ ਉਹ ਇੱਥੇ ਵੱਡੇ ਵੀਰਾ ਕੋਈ ਰੇਤੇ ਤੋਂ ਰੋਂਦਾ ਫਿਰਦਾ ਫਾਜ਼ਲ ਕਾ ਤੂੰ ਜਾ ਕੇ ਗੁਜਰਾਤ ਦੀਆਂ ਫੋਟੋ ਵਾਇਰਲ ਕਰਦਾ ਫਿਰਦਾ ਸ਼ਰਮ ਨਹੀਂ ਆਉਂਦੀ ਤੁਹਾਨੂੰ ਸਾਰੇ ਐਮਐਲਏ ਨੂੰ ਮੈਨੂੰ ਤੁਸੀਂ ਜਵਾਬ ਦਿਓ ਇੱਥੇ ਤੁਸੀਂ ਕਿਹੜੇ ਭੰਬੂ ਤਾਰੇ ਵਿਖਾਏ ਲੋਕਾਂ ਨੂੰ ਤੁਸੀਂ ਇੱਥੇ ਕਿਹੜੇ ਤੁਸੀਂ ਇੱਥੇ ਹੀਰੇ ਨਹੀਂ ਖੇਤੀ ਕਰਨ ਲਾਤਾ ਜਿਹੜਾ じゃ ਕੇ ਉੱਥੇ ਤੁਸੀਂ ਹੀਰਿਆਂ ਦੀ ਖਾਨ ਖੋਲਣੀ ਆ ਦਿਓ ਜਵਾਬ ਇੱਕ ਇਹਨਾਂ ਦਾ ਜਿਹੜਾ ਆਮ ਪਾਰਟੀ ਦਾ ਕੋਈ ਹੈਗਾ ਕੋਈ ਕੋਈ ਹੋਊਗਾ ਮੈਨੂੰ ਉਹਨੇ ਮੈਸੇਜ ਕੀਤੇ ਆਖੇ ਮੈਂ ਤੇਰੇ ਪਿੰਡ ਆਉਂਗਾ ਤੇਰਾ ਛਿੱਤਰ ਮਾਰ ਕੇ ਜਾਊਂਗਾ ਰਿਕਾਰਡਿੰਗਾਂ ਜੀਆਂ ਭੇਜੀਆਂ ਮੈਂ ਉਹਨੂੰ ਅੱਗੇ ਭੇਜੀਆਂ ਮੈਂ ਆਖਿਆ ਭਲਿਆ ਮਾਨਸਾ ਮੈਨੂੰ ਦੱਸ ਕੇ ਆ ਜੀ ਤੇ ਕੋਈ ਗੱਲ ਨਹੀਂ ਵੀਰ ਮੈਂ ਹੁਣ ਸਾਰੇ ਦੇ ਕੰਨੀ ਕੱਢੀ ਜਾਣਾ ਜੇ ਕੋਈ ਮੈਨੂੰ ਆਪਦਾ ਜੱਟ ਪੁਨਾ ਵਿਖਾਊਗਾ ਤਾਂ ਭਾਈ ਉਹ ਆਪਦੇ ਚੱਡੇ ਚ ਪੂਛ ਲੈ ਕੇ ਭੱਜੂਗਾ ਪਹਿਲੀ ਵਾਰੀ ਕਹੀ ਜਾਣਾ ਇੱਥੇ ਗੱਲ ਆਖਰੀ ਵਾਰੀ ਜਿਹੜੇ ਕਿਸੇ ਨੇ ਆਉਣਾ ਮੈਂ ਸਾਰੇ ਜੱਟਾਂ ਨੂੰ ਮਾਰਾ ਨਹੀਂ ਆਂਦਾ ਔਰ ਰਿਕਾਰਡਿੰਗਾਂ ਦੇ ਵਿੱਚ ਕਹਿੰਦਾ ਸੀ ਨਾ ਮੈਨੂੰ ਕਿਸੇ ਜੱਟ ਦੇ ਹੱਥ ਨਹੀਂ ਲੱਗੇ ਆ ਮੇਰੇ ਆਸੇ ਪਾਸੇ ਵੀ ਜੱਟ ਹੀ ਰਹਿੰਦੇ ਆ ਤੇ ਹੱਥ ਮੇਰਾ ਬਾਦ ਜਿਹੜਾ ਕਹ ਲੋ ਤੁਸੀਂ ਕਹਿੰਦੇ ਨਾ ਵੀ ਜਿਹੜਾ ਇਹ ਮੈਨੂੰ ਕਹਿਣਗੇ ਬਾਦਲਾਂ ਤਾਂ ਨਹੀਂ ਬੋਲਦਾ ਯਾਰ ਹੁਣ ਬਾਦਲਾਂ ਦੀ ਸਰਕਾਰ ਹੁਣ ਕੈਪਟਨ ਦੀ ਸਰਕਾਰ ਹੈ ਇੱਥੇ ਜਿਹਦੀ ਸਰਕਾਰਾਂ ਮੈਂ ਉਸੇ ਨੂੰ ਕਹਿਣਾ ਇਹ ਫਿਰ ਕਹਿੰਦੇ ਹੁਣਾ ਜਿਹੜਾ ਗੁਜਰਾਤ ਗਿਆ ਹੈ ਗੁਜਰਾਤ ਸਾਰੇ ਐਮਐਲਏ ਫਿਰਦੇ ਆ ਜਾਜਾਂ ਦੇ ਵਿੱਚ ਜਾ ਕੇ ਟਿਕਟਾ ਬੁੱਕ ਕਰਾਉਂਦੇ ਆ ਤੇ ਆਪਣੇ ਜਿਹੜਾ ਮਾਨਯੋਗ ਮੁੱਖ ਮੰਤਰੀ ਆ ਇਹਦੇ ਜਹਾਜ ਦੇ ਪੱਖਾ ਰੁਕਦੇ ਹੀ ਨਹੀਂ ਗੇ ਚੱਲਦਾ ਹੀ ਰਹਿੰਦਾ ਆ ਠੰਡ ਜਿਹੜੀ ਹੋਈ ਜਾਂਦੀ ਹੈ ਨਾ ਪੰਜਾਬ 'ਚ ਤੇ ਆ ਜਿਹੜੀ ਠੰਡ ਹੁਣ ਆਉਣੀ ਆ ਇਹ ਕੋਈ ਸੱਚੀ ਠੰਡ ਠੰਡ ਨਹੀਂ ਆਉਣੀ ਇਹਦੇ ਦੇ ਪੱਖੇ ਦੀ ਹਵਾ ਨਾਲ ਹੀ ਆਈ ਜਾਂਦੀ ਜਿਵੇਂ ਕਹਿੰਦੇ ਨਾ ਓਹੋ ਹੋ ਇਹਦਾ ਪੂਰਾ ਚੱਲ ਪਿਆ ਇਹਦੇ ਤੇ ਨਾ ਹੈਲੀਕਾਪਟਰ ਜਹਾਜ ਚੱਲਦੇ ਤੋਂ ਉਹਦੇ ਨਾਲ ਹੀ ਚੱਲਦਾ ਕੰਮ ਤੇ ਇਹ ਭਾਈ ਸਾਹਿਬ ਤੁਸੀਂ ਇੱਕ ਕਹੋ ਆ ਦੋਸਤੋ ਬਾ ਜਿਹੜੀ ਪੰਜਾਬ ਦੀ ਸਿਕਿਉਰਿਟੀ ਆ ਐਮਐਲਏ ਤਾਂ ਜਾਂਦੇ ਜਹਾਜਾਂ 'ਚ ਬਹਿ ਕੇ ਚੰਡੀਗੜ੍ਹ ਚੰਡੀਗੜ੍ਹ ਤੋਂ ਜਾਵਰਦੇ ਆ ਚਲੋ ਗੁਜਰਾਤ ਇੱਥੋਂ ਪੰਜਾਬ ਦੀਆਂ ਗੱਡੀਆਂ ਜਾਂਦੀਆਂ ਨੋਵਾ ਤੇ ਇਹਨਾਂ ਦੇ ਗਨਮੈਨ ਜਾਂਦੇ ਆ ਇਹ ਤੇਲ ਨਹੀਂ ਫੁੱਕਿਆ ਜਾਂਦਾ ਉਹ ਕਿਹਦੇ ਪੱਲੋਂ ਤੇਲ ਫੁੱਕਿਆ ਜਾਂਦਾ ਲੋਕਾਂ ਪੱਲੋਂ ਇਹ ਜਿਹੜਾ ਤੇਲ ਮੈਨੂੰ ਲੱਗਦਾ ਨਾ ਜਿਹੜਾ ਇਹਨਾਂ ਨੇ ਫਿਰ ਵਧਾ ਦੇਣਾ ਵੇਖੀ ਚੱਲੇ ਜੇ ਉਹ ਸਾਡਾ ਸਾਡੇ ਸਾਡੇ ਸਿਰ ਤੇ ਸਾਡੀਆਂ ਜੁੱਤੀਆਂ ਕੰਮ ਇਹਨਾਂ ਦੇ ਆ ਮੈਂ ਇੱਥੇ ਕਹਾਂ ਭਾਈ ਸਾਹਿਬ ਸਿੱਧੂ ਮੂਸੇ ਵਾਲੇ ਦੀ ਜਿਹੜੀ ਮੌਤ ਆ ਉਹ ਮੌਤ ਕਾਦੇ ਨਾਲ ਹੋਈ ਆ ਮੌਤ ਉਹਦੀ ਹੋਈ ਆ ਗੈਰ ਕਾਨੂੰਨੀ ਅਸਲੇ ਨਾਲ ਨੰਗਲ ਅੰਬੀਆਂ ਦੀ ਮੌਤ ਹੋਈ ਆ ਗੈਰ ਕਾਨੂੰਨੀ ਅਸਲੇ ਨਾਲ ਆ ਜਿਹੜਾ ਸੂਰੀ ਦੀ ਮੌਤ ਹੋਈ ਆ ਇਹ ਜਿਹੜਾ ਕਹ ਲੋ ਵੀ ਇੱਕ ਇਹਦਾ ਪਹਿਲੀ ਕੋਈ ਅਸਲੀ ਲਾਇਸੈਂਸ ਨਾਲ ਹੋਈ ਆ ਜਿਹੜਾ ਲਾਇਸੈਂਸ ਅਸਲੇ ਨਾਲ ਹੋਈ ਆ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਉਹ ਵੀ ਗੈਰ ਕਾਨੂੰਨੀ ਅਸਲੇ ਨਾਲ ਤਾਂ ਉਹ ਜਿਹੜੇ ਬੰਦੇ ਕ੍ਰਿਮੀਨਲ ਮਾਈਂਡ ਉਹਨਾਂ ਕੋਲ ਤਾਂ ਅੱਗੇ 2-2 ਨੰਬਰ ਤੇ ਚੱਲਦੇ ਉਹਨਾਂ ਦੇ ਕੋਲ ਤਾਂ ਤਾਂ ਜਿਹੜਾ ਇੱਕ ਨੰਬਰ ਵਾਲਾ ਉਹਦੀਆਂ ਨੱਕ ਦੀਆਂ ਲਕੀਰਾਂ ਨਿਕਲ ਜਾਂਦੀਆਂ ਭਗਵੰਤ ਮਾਨਸਿਆ ਤੇਰਾ ਕੁਛ ਨਹੀਂ ਜਾਣਾ ਕਹਾਣੀਆਂ ਦੇ ਵਿੱਚੋਂ ਕਾਲੀ ਕਾਂਗਰਸੀਆਂ ਦੇ ਅਸਲੇ ਰੱਦ ਹੋ ਜਾਣੇ ਆ ਤੁਹਾਡੀ ਸਰਕਾਰ ਦੇ ਵਿੱਚ ਤਾਂ ਜਿਹੜੀਆਂ ਲੁੱਟਾਂ ਖੋਈਆਂ ਉਹਨਾਂ ਦੇ ਨਾਲ ਹੋਣੀਆਂ ਇਹ ਤੁਸੀਂ ਮੀਡੀਆ ਦੇ ਵਿੱਚ ਵੇਖ ਲੋਗੇ ਇਹ ਗੱਲ ਵੀ ਯਾਦ ਰੱਖ ਲੋ ਨਾਲੇ ਦੂਜੇ ਨੰਬਰ ਤੇ ਗੱਲ ਫਿਰ ਤੋਂ ਕਹਿ ਦੇਵਾਂ ਕਿ ਜਿਹੜੇ ਲੋਕ ਵਿਚਾਰੇ ਜਿਹੜੇ ਗੰਨਾ ਲੈ ਕੇ ਖੜੇ ਆ ਮੈਨੂੰ ਪਤਾ ਤੁਸੀਂ ਲਾਇਸੈਂਸ ਉਹਨਾਂ ਦੇ ਵੀ ਰੱਦ ਕਰ ਦੇਣੇ ਆ ਉਹ ਕੋਈ 12-15000 ਰੁਪਏ ਨਾਲ ਆਪਦਾ ਘਰ ਚਲਾਈ ਜਾਂਦੇ ਆ ਤੁਸੀਂ ਕਿਸੇ ਨੂੰ ਅਖੇ ਵਾਹ ਵਾਹ ਬੱਬਾ ਬਤੋਈ ਅਖੇ ਤੂੰ ਮੈਨੂੰ ਤਾਂ ਕੀ ਦੇਣੀ ਸੀ ਮੇਰੇ ਭਾਪੇ ਵਾਲੇ ਵੀ ਖੋਈ ਉਹ ਗੱਲ ਤੇਰੇ ਨਾਲ ਹੋ ਜਾਣ ਤੂੰ ਕਰ ਦੇਣੀ ਭਗਵੰਤ ਮਨ ਤੂੰ ਰੋਜ਼ਗਾਰ ਤਾਂ ਕੀ ਦੇਣਾ ਸੀ ਜਿਹਦੇ ਕੋਲ ਹੈਗਾ ਸੀ ਉਹ ਵੀ ਤੂੰ ਖੋ ਕੇ ਪਰੇ ਮਾਰਿਆ ਨਾਲੇ ਜਿਹੜਾ ਅਸਲਾ ਪੰਜਾਬ ਦਾ ਉਹ ਪੈਸਾ ਬਹੁਤ ਦਿੰਦਾ ਆਏ ਸਾਲ ਆਏ ਸਾਲ ਕਿੰਨਾ ਪੈਸਾ ਤੁਹਾਨੂੰ ਖਜ਼ਾਨੇ ਚ ਮਿਲਦਾ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂਗਾ ਆਏ ਮਹੀਨੇ ਆਪ ਸਾਡੇ ਹਫ਼ਤੇ ਦੇ ਹਫ਼ਤੇ ਇਥੋਂ ਲਗਭਗ 30 ਫੈਲਾਂ ਵਿਕਦੀਆਂ ਵਿਕਦੀਆਂ ਜਿਹੜੇ ਰੈੱਡ ਕਰਾਸ ਦੇ ਵਿੱਚੋਂ ਵਿਕਦੀਆਂ ਕਹਿ ਲੋ ਤਾਂ ਜੋ ਫੰਡ ਕਹਿ ਲੋ ਜੋ ਕੁਝ ਕਹਿ ਲੋ 30 ਇੱਕ ਆਵਾ ਵਿਕਦੀਆਂ ਕਹਿ ਲੈਨੇ ਆ 30 ਬੰਦਿਆਂ ਨੂੰ ਤਾਂ ਫੈਲਾ ਮਿਲਦੀਆਂ ਮਿਲਦੀਆਂ ਫਾਜ਼ਲ ਕਾ ਦੇ ਵਿੱਚੋਂ 25000 ਦੀ ਫੈਲ ਇੱਕਾ ਤਾਂ 25000 ਦੀ ਫੈਲ ਇੱਕਾ 30 ਫੈਲਾਂ ਦੇ ਤੁਸੀਂ ਪੈਸੇ ਬਣਾ ਲਓ ਹਫਤੇ ਦੇ ਹਫਤੇ ਆਏ ਸੋਮਵਾਰ ਕਿੰਨਾ ਬਣਦਾ 2.5 ਤੇ 2.5 7 ਲੱਖ ਰੁਪਇਆ ਉਹ ਤੁਹਾਡੇ ਖਜ਼ਾਨੇ 'ਚ ਹੀ ਆਉਂਦਾ ਤੁਸੀਂ ਵਰਤਨੇ ਆ ਉਹ ਕਿੱਥੇ ਜਾਣੇ ਆ ਇਹ ਚਲੋ ਤੁਹਾਡੇ ਨਾਲ ਕੀ ਮੱਥਾ ਮਾਰਾਂ ਹੁਣ ਮੈਂ ਹੀਰਾਂਜੇ ਸੱਸੀ ਪੁੰਨੂ ਦੀ ਇੱਥੇ ਗੱਲ ਕਰ ਦਿੰਨਾ ਕਿ ਭਾਈ ਸਾਹਿਬ ਕੱਲੇ ਚਿੱਟੇ ਨਾਲ ਨੌਜਵਾਨਾਂ ਦੀ ਮੌਤ ਨਹੀਂ ਹੋ ਰਹੀ ਕੱਲੇ ਅਸਲੇ ਨਾਲ ਨੌਜਵਾਨਾਂ ਦੀ ਮੌਤ ਨਹੀਂ ਹੋ ਰਹੀ ਕੱਲੀ ਜਿਹੜੀ ਇੱਥੋਂ ਕਹਿੰਦੇ ਆ ਬਾਹਰਲੀ ਜੋ ਇੱਥੋਂ ਸਾਡੇ ਪੰਜਾਬ ਦੀ ਜਵਾਨੀ ਬਾਹਰਲੀਆਂ ਕੰਟਰੀਆਂ 'ਚ ਜਾ ਰਹੀ ਆ ਕੱਲੀ ਇਹਦੇ ਨਾਲ ਮੌਤ ਨਹੀਂ ਹੋ ਰਹੀ ਇਹ ਜਿਹੜੀ ਆਸ਼ਕੀ ਪ੍ਰਮੋਟ ਇਹਨਾਂ ਨੇ ਕਿਤਾਬਾਂ 'ਚ ਕਰਵਾਈ ਆ ਇਹ ਜਿਹੜਾ ਵਿਅਕਤੀ ਇਹ ਹੀਰਾਂ ਦੇ ਸੱਸੀ ਪੁੰਨੂ ਦੇ ਪਾਠ ਪਾ ਕੇ ਭੇਜਦਾ ਕਿਤਾਬਾਂ ਚ ਉਹਨੇ ਆਪਦੀ ਕੁੜੀ ਦੇ ਨਾਂ ਸੱਸੀ ਕਿਉਂ ਨਹੀਂ ਰੱਖਿਆ ਜੇ ਉਹਨੂੰ ਪਸੰਦ ਸੀ ਤਾਂ ਨਾ ਏ ਹਰ ਕੋਈ ਕਹਿੰਦਾ ਇਹ ਸਾਡਾ ਕਲਚਰ ਆ ਤੇ ਫਿਰ ਜਦੋਂ ਲੋਕਾਂ ਦੀਆਂ ਧੀਆਂ ਪੜਾਣਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਤੁਸੀਂ ਫਿਰ ਇਹ ਕੰਮ ਕਿਉਂ ਕਰਦੇ ਆ ਇਹੋ ਜਿਹੇ ਜਦੋਂ ਸਾਡੇ ਬੱਚਿਆਂ ਨੂੰ ਨਾਟਕਾਂ ਦੇ ਵਿੱਚ ਪਿਆਰ ਮੁਹੱਬਤ ਸਿਖਾਉਣਾ ਕਿ ਪਿਆਰ ਹੁੰਦਾ ਤਾਂ ਜੁਨ ਦੁਨੀਆ ਝੂਮਣੇ ਲੱਗ ਜਾਂਦੀ ਹੈ ਇਹ ਭਾਈ ਸਾਹਿਬ ਹੀਰਾਂ ਦੇ ਸੱਸੀ ਪੁੰਨੂ ਬੰਦ ਹੋਣੇ ਚਾਹੀਦੇ ਆ ਇਹ ਗਾਣਿਆਂ ਨੇ ਬਹੁਤ ਸਾਡਾ ਜਿਹੜਾ ਕਹਿ ਲੋ ਜਿਹੜੇ ਕੋਈ ਇੱਥੇ ਕਿਹੜਾ ਸਾਡਾ ਕਲਚਰ ਤੁਸੀਂ ਖਰਾਬ ਕੋਈ ਮਤਲਬ ਹੀਰਾਂ ਜਨਾ ਸਾਡਾ ਕਲਚਰ ਸੀ ਕਿ ਸਾਡੇ ਕਲਚਰ ਦੇ ਵਿੱਚ ਕੁੜੀਆਂ ਭਾਈਦੀਆਂ ਸੀ ਬਾਹਰ ਇਹ ਮੈਨੂੰ ਤੁਸੀਂ ਦਿਓ ਜਵਾਬ ਇਹ ਜਵਾਬ ਦੇਣੇ ਪੈਣਗੇ ਜੋ ਤੁਸੀਂ ਚੱਕ ਕੇ ਨਾ ਜੋ ਗੰਦਮੰਦੋਂ ਤੁਸੀਂ ਆਪਦੇ ਤੇ ਮੜਨਾ ਆ ਕੇ ਕਿਤਾਬਾਂ ਦੇ ਵਿੱਚ ਕੋਈ ਅੰਬੇਦਕਰ ਬਾਰੇ ਨਹੀਂ ਦੱਸਿਆ ਕੋਈ ਜੋਤੀਬਾ ਫੂਲੇਜੀ ਦੇ ਬਾਰੇ ਨਹੀਂ ਦੱਸਿਆ ਇਹਨਾਂ ਨੇ ਕਾਨੂੰਨਾਂ ਦੀਆਂ ਕਿਤਾਬਾਂ ਨਹੀਂ ਪਾਆਂ ਹੀਰ ਪਿਆਰ ਕਰਦੀ ਸੀ ਰਾਂਝੇ ਨੂੰ ਤੇ ਫਿਰ ਜਦੋਂ ਆਪਾਂ ਕਹਿੰਨੇ ਆ ਵੀ ਆਪਾਂ ਗਾਹਾਂ ਦਾ ਫਿਰ ਪਰਚਾ ਕਰਦੇ ਪਾਉਣੇ ਆ ਵੀ ਇਹਨੇ ਮੈਨੂੰ ਗਾਹਾਂ ਦਿੱਤੀਆਂ ਜੀ ਇਹ ਤੇ ਪਰਚਾ ਪਾਓ ਫਿਰ ਗਾਹਾਂ ਹੀ ਹੋ ਕੀ ਸਿਸਟਮ ਆ ਕਿ ਉਹ ਚੋਰੀ ਖਵਾਉਣ ਜਾਂਦੀ ਸੀ ਉਹਨੂੰ ਚੋਰੀ ਦੇ ਨਾਲ ਕੀ ਹੁੰਦਾ ਸੀ ਫਿਰ ਇਹ ਵੀ ਦੱਸੋ ਜਵਾਬ ਤਾਂ ਦੇਣੇ ਪੈਣਗੇ ਨਾ ਕੋਈ ਤਾਂ ਜਵਾਬਦੇਹੀ ਬਣੂਗਾ ਇੱਕ ਨੇ ਮੈਨੂੰ ਪੁੱਛਿਆ ਤੂੰ ਪ੍ਰਧਾਨ ਮੰਤਰੀ ਜਵਾਬ ਦੇਣ ਤੈਨੂੰ ਇਹ ਹਾਂ ਮੈਂ ਪ੍ਰਧਾਨ ਮੰਤਰੀ ਆ ਮੇਰੇ ਕੋਲ ਵੋਟ ਆ ਮੈਂ ਇੱਥੋਂ ਦਾ ਵਸਨੀਕ ਆ ਆਰਟੀਕਲ 19 ਸਾਨੂੰ ਅਜਾਜ਼ਤ ਦਿੰਦਾ ਸਾਡਾ ਹੱਕ ਆ ਸੀ ਬੋਲ ਸਕਦੇ ਆ ਸਾਨੂੰ ਕੋਈ ਆ ਕੇਵੇਂ ਰੋਕ ਨਹੀਂ ਸਕਦਾ ਕਾ ਜਿਹੜਾ ਕੋਈ ਇਹਨਾਂ ਦਾ ਲੀਡਰ ਲੂਟਰ ਆ ਮੈਂ ਫਿਰ ਤੋਂ ਕਹਿਣਾ ਕਿਤਾਬਾਂ ਦੇ ਵਿੱਚੋਂ ਤੇ ਆ ਨਾਟਕਾਂ ਦੇ ਵਿੱਚੋਂ ਤੁਸੀਂ ਪਿਆਰ ਮੁਹੱਬਤ ਖਤਮ ਕਰ ਦੋ ਗਾਣਿਆਂ ਦੇ ਵਿੱਚੋਂ ਖਤਮ ਕਰ ਦੋ ਮੈਂ ਗਾਰੰਟੀ ਦੇ ਨਾਲ ਕਹਿਣਾ ਤੁਹਾਨੂੰ ਰਿਜ਼ਲਟ ਵੇਖਣ ਨੂੰ ਮਿਲ ਜਾਣਗੇ ਤੁਹਾਨੂੰ ਜਾਣ ਕੇ ਲਜਾਇਆ ਜਾ ਰਿਹਾ ਵੀ ਆਪ ਇਹਨਾਂ ਦੇ ਜਿਹੜੇ ਬੱਚੇ ਆ ਉਹ ਛੇਮੀ ਜੀ ਰਾਂਝਾ ਬਣ ਜਾਂਦਾ 7ਵੀਂ ਦੇ ਆਕੇ ਤਾਂ ਪੌਣੀ ਚੜ ਜਾਂਦਾ 8ਵੀਂ ਦੇ ਵਿੱਚ ਆਕੇ ਹਾਲੀ ਨਿੱਕਲ ਜਾਂਦਾ ਤੇ ਜਦੋਂ ਨੂੰ ਉਹਨੇ 10ਵੀਂ 11ਵੀਂ ਦੇ ਵਿੱਚ ਜਾਣਾ ਹੁੰਦਾ ਉਹਨਾਂ ਨੂੰ ਤਾਂ ਟਿਕਟੂਕੇ ਲਾਉਣ ਲੱਗ ਜਾਂਦਾ ਕਿ ਮੈਨੂੰ ਤਾਂ ਛੱਡ ਗਈ ਮੈਨੂੰ ਥੋੜੀ ਭਾਬੀ ਛੱਡ ਗਈ ਆ ਕੋਈ ਖੁਸ਼ੀਆਂ ਮਨਾਉਂਦਾ ਕੋਈ ਗਾਣੇ ਦੇ ਵਿੱਚ ਕਹਿੰਦਾ ਤੇਰੀ ਹਾਂ ਦੀ ਖੁਸ਼ੀ ਚ ਕੀਤੀ ਪਾਰਟੀ ਹਲੇ ਤੱਕ ਚੱਲੀ ਜਾਂਦੀ ਆ ਤੇ ਫਿਰ ਭਾਈ ਸਾਹਿਬ ਇਹ ਕਿਨੂੰ ਕਹਿ ਰਹੇ ਆ ਜਵਾਬ ਤਾਂ ਦੇਣੇ ਪੈਣਗੇ ਨਾ ਆਖੇ ਮਰੇ ਹੋਏ ਦੀ লাশ ਉੱਤੇ ਪਾਇਓ ਚੁੰਨੀ ਮੁਟਿਆਰ ਦੀ ਮੈਂ ਕਹ ਜਿਨ੍ਹਾਂ ਦੀਆਂ ਕੁੜੀਆਂ ਮਟਿਆਰਾ ਸੀ ਉਹਨਾਂ ਨੂੰ ਕੇਸ ਕਰਨੇ ਚਾਹੀਦੇ ਸੀਗੇ ਤੇ ਜਿਹਨੇ ਗਾਣੇ ਗਾਏ ਉਹਨਾਂ ਦੇ ਭੈਣਾ ਨਹੀਂ ਘਰੇ ਮਟਿਆਰਾ ਤੁਸੀਂ ਸੱਸੀ ਪੁੰਨੂ ਜਾਂ ਸਾਡੇ ਬੱਚਾ ਨੂੰ ਸੁਣਾਉਨੇ ਆ ਤੁਸੀਂ ਆਪ ਦੇ ਜਵਾਕਾਂ ਦਾ ਨਾਂ ਰੱਖ ਲਓ ਹੀਰ ਰੱਖਿਆ ਕਿਸੇ ਨੇ ਹਰ ਕਲਾਕਾਰ ਨੇ ਹੀਰ ਗਾਤੀ ਹੀਰ ਗਾਤੀ ਤੇ ਹੀਰ ਦਾ ਨਾਂ ਰੱਖਿਆ ਹੀ ਨਹੀਂ ਸਾਰੇ ਕਲਾਕਾਰਾਂ ਨੇ ਗਾਈ ਹੈ ਮੈਨੂੰ ਜਵਾਬ ਤਾਂ ਦੇਣੇ ਇਹ ਤੁਸੀਂ ਅਸਲਾ ਪ੍ਰਮੋਟ ਕਰਤਾ ਤੁਸੀਂ ਜੱਟ ਵੀ ਪ੍ਰਮੋਟ ਕਰਤਾ ਤੁਸੀਂ ਕਦੇ ਜੱਟ ਦੀ ਸੱਚਾਈ ਨਹੀਂ ਪ੍ਰਮੋਟ ਕੀਤੀ ਤੁਸੀਂ ਕਦੇ ਅਸੀਂ ਬੰਦੇ ਦੀ ਸੱਚਾਈ ਨਹੀਂ ਪ੍ਰਮੋਟ ਕੀਤੀ ਕਿਵੇਂ ਉਹ ਰੋਟੀ ਖਾ ਰਿਆ ਫਿਰ ਇਹਦਾ ਭਾਈ ਸਾਹਿਬ ਦਾ ਬਿਆਨ ਐ ਸੀ ਵੀ ਸਾਡਾ ਭਾਈਚਾਰਾ ਬਣਿਆ ਰਹੂਗਾ ਤਾਂ ਮੈਂ ਇਹ ਕਹਿ ਦੇਵਾਂ ਮਾਫੀ ਚਾਹੁੰਨਾ ਬਸ 2 ਮਿੰਟਾਂ ਦੀ ਗੱਲ ਆ ਮੇਰੀ ਇਹ ਕਹਿੰਦਾ ਭਾਈਚਾਰਾ ਪੰਜਾਬ ਦੇ ਵਿੱਚ ਬਣਿਆ ਹੋਇਆ ਤੇ ਜਿਹਨੇ ਕਹਿੰਦਾ ਵੇਖਣਾ ਜਾ ਕੇ ਯੂਪ ਨਾਲ ਉਹ ਤਾਂ ਚੰਗਾ ਹੀ ਆ ਮੈਨੂੰ ਇਹ ਤੇ ਮੈਨੂੰ ਹਾਸਾ ਆ ਗਿਆ ਇੱਕ ਕੋਈ ਬੰਦਾ ਉਹਦੇ ਘਰ ਵਾਲੀ ਨੂੰ 2 ਘੰਟੇ ਕੁੱਟਦਾ ਸੀ ਨਾਲ ਤਾਂ ਗਵਾਂਡੀ ਉਹਨੂੰ 20 ਮਿੰਟ ਕੁੱਟਿਆ ਕਰੇ ਉਹ ਉਹਦੇ ਘਰ ਵਾਲੀ ਕਹਿੰਦੀ ਕਹਿੰਦੀ ਪਾਇਆ ਮਾਸਾ ਰੂ ਪਹਿਲਾਂ ਤੇ ਕਦੇ ਮੈਨੂੰ ਅਲਫੋ ਵੇ ਨਹੀਂ ਆਖਿਆ ਹੁਣ ਤੂੰ ਮੈਨੂੰ ਕੁੱਟਦਾ ਫਿਰਦਾ ਕਹਿੰਦਾ ਉਹ ਤਾਂ 2 ਘੰਟੇ ਕੁੱਟਦਾ ਮੈਂ ਤਾਂ ਤੈਨੂੰ 20 20 ਮਿੰਟ ਹੀ ਕੁੱਟਦਾ ਨਾ ਅੱਛਾ ਤੇ 20 ਮਿੰਟ ਕਿਹੜਾ ਪਿੰਡਾਂ ਦੇ ਮੱਝ ਦਾ ਹੁੰਦਾ ਉਹ ਵੀ ਤਾਂ ਇਨਸਾਨ ਦਾ ਹੀ ਹੁੰਦਾ ਜਿਨ੍ਹਾਂ ਨਾਲ ਜਾਤੀ ਵਿਤਰਾ ਹੋ ਰਿਹਾ ਤੁਸੀਂ ਉਹਨਾਂ ਨੂੰ ਕਹਿ ਰਹੇ ਆ ਕਿ ਜਾ ਕੇ ਯੂਪੀ ਵੇਖ ਲੈਣ ਉਹ ਯੂਪੀ ਯੂਪੀ ਭਾਈ ਸਾਹਿਬ ਯੂਪੀ ਵਾਲੇ ਭਈਏ ਤਾਂ ਇੱਧਰ ਆ ਰਹੇ ਜਿਨ੍ਹਾਂ ਨੂੰ ਤੁਸੀਂ ਭਈਏ ਦੱਸੀ ਜਾਂਦੇ ਆ ਉਹ ਰੋਟੀ ਮਾਰੇ ਆਉਂਦੇ ਆ ਕੋਈ ਵੀਡੀਓ ਪਾਉਂਦਾ ਅਖਿ ਉਹਨਾਂ ਨੂੰ ਤਾਂ ਟ੍ਰੇਨਿੰਗ ਦੇ ਕੇ ਭੇਜ ਦਿਆ ਉਹਨਾਂ ਨੂੰ ਅਗਲੇ ਮੂੰਹ ਨਹੀਂ ਲਾਉਂਦੇ ਉਹ ਐਸਸੀ ਲੋਕ ਆ ਜਿਹੜੇ ਯੂਪੀ ਦੇ ਵਿੱਚੋਂ ਆਈ ਜਾਂਦੇ ਆ ਤੇ ਜਿਹੜੇ ਅਫਸਰ ਲੱਗਿਆ ਟ੍ਰੇਨਿੰਗ ਤੋਂ ਉਹਨਾਂ ਨੂੰ ਆ ਤੁਸੀਂ ਕਿਵੇਂ ਕਹਿ ਸਕਦੇ ਆ ਯੂਪੀ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਆ ਜੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਟ੍ਰੇਨਿੰਗ ਉਹਨਾਂ ਦੇਤੇ ਕੁਲਚੇ ਲਾਉਂਦੀ ਇੱਥੇ ਟ੍ਰੇਨਿੰਗ ਦਿੱਤੀ 버ਗਰ ਲਾਉਂਦੀ ਆ ਕੇ ਤਾਂ ਮੋਬਾਈਲ ਲਾ ਕੇ ਬਹਿ ਜਾਂਦੇ ਆ ਜਾਂ ਸੂਪ ਲਾ ਲੈਂਦੇ ਕਦੇ ਜਾ ਕੇ ਉਹ ਜਿਹਨਾਂ ਨੂੰ ਤੁਸੀਂ ਟ੍ਰੇਨਿੰਗ ਆਲੇ ਕਹਿਨੋਂ ਉਹਨਾਂ ਦੇ ਘਰ ਚੈੱਕ ਕਰੋ ਜੇ ਤਾਂ ਮੈਂ ਇੱਥੇ ਇਹ ਕਹਿ ਦਵਾਂ ਤੁਹਾਡਾ ਆਮ ਆਦਮੀ ਪਾਰਟੀ ਦਾ ਸਰਪੰਚ ਐਸ்சி ਭਾਈਚਾਰੇ ਦਾ ਉਹਨੇ ਘਟ ਆਇਆ ਉਸ ਤੋਂ ਬਾਅਦ ਐਸ்சி ਭਾਈਚਾਰੇ ਦੇ ਲੋਕਾਂ ਨਾਲ ਇਨਸਾਫ ਨਹੀਂ ਹੋਇਆ ਤੁਹਾਡੀ ਪੁਲਿਸ ਨੇ ਉਲਟੋ ਸੇ ਐਸ்சி ਭਾਈਚਾਰੇ ਤੇ ਪਰਚੇ ਕੀਤੇ ਮੇਰੇ ਅਰਕ ਉਹਨਾਂ ਦੇ ਹੱਕ ਲਈ ਪਹੁੰਚਿਆ ਤੁਹਾਡੀ ਸਰਕਾਰ ਨੇ ਮੇਰੇ ਤੇ ਪਰਚਾ ਕੀਤਾ ਤੇ ਤੂੰ ਆਪ ਦੇ ਆਪ ਨੂੰ ਚੰਗਾ ਨਾ ਕਹਿ ਤੂੰ ਐਡਾ ਬੌਧਾ ਕੋਈ ਚੰਗਾ ਹੈ ਨਹੀਂਗਾ ਭਾਸ਼ਨਾ ਦੇ ਵਿੱਚ ਤਾਂ ਮੈਂ ਕਹਾਂ ਭਾਈ ਸਾਹਿਬ ਤੁਹਾਡੇ ਯਾਦ ਰੱਖੋ ਭਾਸ਼ਨਾ ਵਿੱਚ ਤੁਸੀਂ ਜਰਨਲ ਡੈਰ ਬਣ ਜਾਂ ਭਾਸ਼ਨਾ ਵਿੱਚ ਤਾਂ ਤੁਸੀਂ ਉਹਨੇ ਹੁਦਮ ਸਿੰਘ ਉਹਦੇ ਭਾਸ਼ਣ ਵਿੱਚ ਉਹਨੇ ਤੁਸੀਂ ਉਹਨੇ ਕਰਤਾਰ ਸਿੰਘ ਸਰਾਭਾ ਤੇ ਜਦੋਂ ਮੈਂ ਕਹ ਜਾਂਦਾ ਰਿਹਾ ਨਾਲ ਦੀ ਨਾਲ ਤੁਹਾਡਾ ਰੂਪ ਬਣ ਜਾਂਦਾ ਜਰਨਲ ਡੈਰ ਵਾਲਾ ਤੁਸੀਂ ਫੋਟੋ ਮਾ ਲਵਾਤੀਆਂ ਬੇਦਕਰ ਸਾਹਿਬ ਦੀਆਂ ਫੋਟੋ ਮਾ ਲਵਾਤੀਆਂ ਆਪਣੇ ਸ਼ਹੀਦ ਭਗਤ ਸਿੰਘ ਜੀ ਦੀਆਂ ਤੇ ਕੰਮ ਤੁਹਾਡੇ ਜਰਨਲ ਡੈਰ ਵਾਲੇ ਆ ਤਾਂ ਤੁਸੀਂ ਜਰਨਲ ਡਾਇਰ ਦੀ ਫੋਟੋ ਲਉਂਦੇ ਇਸ ਕਰਕੇ ਅਸਲਾ ਅਸਲੇ ਦੇ ਤੁਸੀਂ ਮੈਨੂੰ ਪਤਾ ਤੁਸੀਂ ਰਾਤਾਂ ਕਰਨਾ ਕਰਨੇ ਲੋਕਾਂ ਦੇ ਲਾਇਸੈਂਸ ਪਰ ਉਹਦੇ ਨਾਲ ਲੋਕਾਂ ਦਾ ਰੋਜਗਾਰ ਵੀ ਜਾਣਾ ਕਿੰਗਾ ਨੇ ਰੋਟੀ ਬਣਾਈ ਹੋਈ ਆ ਆਪਦੀ ਅਸਲੇ ਦੇ ਨਾਲ ਯਾਦ ਰੱਖਿਆ ਜੇ ਇੱਥੇ ਕੋਈ ਮੈਂ ਬਹੁਤ ਇੱਥੇ ਕਿੰਨੇ ਕਿ ਫਾਇਰ ਚੱਲਦੇ ਆ ਬਈ ਕੌਣ ਫਾਇਰ ਕਰਦਾ 25 ਗੋਲੀਆਂ ਤੋਂ ਵੱਧ ਗੋਲੀਆਂ ਨਹੀਂ ਮਿਲਦੀਆਂ ਤੇ ਜੇਕਰ ਹੁਣ ਮੈਂ ਕੁਝ ਲੋਕੋ ਗਲਤ ਕਿਹਾ ਹੋਵੇ ਉਹਦੇ ਵਾਸਤੇ ਤੁਹਾਡੇ ਕੋਲੋਂ ਮਾਫੀ ਚਾਹੁੰਨਾ ਤੇ ਮੇਰੀ ਇਹ ਗੱਲ ਕੋਈ মিডিਆ ਨੇ ਨਹੀਂ ਲਾਉਣੀ ਇਹ ਤੁਸੀਂ ਚੈਨਲ ਇਹ ਤੁਸੀਂ ਸ਼ੇਅਰ ਕਰੋ ਤਾਂ ਕਿ ਇਹ ਭਗਵੰਤ ਮਾਨ ਤੱਕ ਪਹੁੰਚ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ